ਸ੍ਰੀ ਗੁਰਦੁਆਰਾ ਬੰਦ ਕਮੇਟੀ ਦੇ ਗੁਰਦੁਆਰਾ ਸਾਹਿਬ ਨੇ ਉਹਨਾਂ ਚ ਬੋਲ ਕਾ ਚੱਕ ਦੋ ਜੇ ਉੱਥੇ ਲਿਖ ਦੋ ਸਿਰਫ ਮੱਥਾ ਟੇਕਣ ਲਈ ਆਓ ਸ਼ਿਸ਼ਵਾਦ ਲੈ ਕੇ ਜਾਓ ਪੈਸੇ ਨਹੀਂ ਦੇਕਣੇ ਅੱਤਿਆਂ ਤੋਂ ਬਾਅਦ ਸ਼੍ਰੋਮੇ ਕਮੇਟੀ ਵਾਲੇ ਮੈਂਬਰ ਜਿਹੜੇ ਨੇ ਸੀਵਾ ਦੇ ਦਰੋਂ ਕੇ ਛੱਡੋ ਪਰੇ ਬੋਲ ਕਰਾ ਚੱਕੀ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਇੱਕ ਦੁੱਖ ਲੱਗਾ ਕਿ ਪੰਜਾਬ ਜਿਹੜੀਆਂ ਗੁਰੂਆਂ ਪੀਰਾਂ ਦੀ ਧਰਤੀ ਆ ਉਹਦਾ ਜਿਹੜਾ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਦੀ ਹਾਲਾਤ ਏਡੇ ਮਾਰੇ ਹੋਗੇ ਕਿ ਉਹਦੀ ਬਹੁਤ ਦਿੱਕਤਾਂ ਜਿਹੜੀ ਆ ਇੰਨੀ ਗਿਰ ਗਈ ਕਿਉ ਗੁਰੂ ਕੀ ਗੋਲਕ ਦੇ ਬਾਰੇ ਚ ਬਿਆੰਕ ਕਰਨ ਲੱਗਿਆ ਜੇ ਮੱਛੇ ਰੰਗੜ ਤੇ ਬਦਾਲੀ ਹੋਣਾ ਨੇ ਜੋ ਕੁਛ ਕੀਤਾ ਉਸੇ ਰਾ ਪੈ ਗਿਆ ਆ ਜਿਹੜੀ ਗੁਰੂ ਕੀ ਗੋਲਕ ਆ ਇਹ ਗੁਰੂ ਕੀ ਗੋਲਕ ਦਾ ਸਬੰਧ ਦਾ ਇੱਕ ਰਿਵਾਇਤ ਆ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਸ਼ੁਰੂ ਕੀਤੀ ਸੀ ਤੇ ਇਹ ਗੁਰੂ ਕੀ ਗੋਲਕ ਜਿਹੜੀ ਆ ਇਹ ਜਿੱਥੇ ਪ੍ਰਬੰਧ ਕਰਦੀ ਆ ਉੱਥੇ ਲੋੜਵੰਦ ਜਿਹੜੇ ਆ ਮਾਨਵਤਾ ਦੇ ਭਲੇ ਲਈ ਬਹੁਤ ਵੱਡੇ ਕਾਰਜ ਕਰਦੀ ਆ ਸੋ ਭਗਵੰਤ ਮਾਨ ਦੇ ਦਿਮਾਗੀ ਜਿਹੜਾ ਤਵਾਜਨ ਹੈ ਉਹਦਾ ਕਾਫੀ ਜਿਆਦਾ ਕਹਿੰਦੇ ਆ ਅਸਰ ਲੱਗ ਰਿਹਾ ਭਾਵੇਂ ਕਿ ਇਹ ਭਗਵੰਤ ਮਾਨ ਹੁਣੀ ਲੋਕਾਂ ਨਾਲ ਧੋਖਾ ਕਰਕੇ ਵੱਡੀ ਲੋਕਾਂ ਦੇ ਨਾਲ ਕਿਵੇਂ ਕਹਿੰਦੇ ਫਰੇਮ ਕਰਕੇ ਇਹ ਇਸ ਕੁਰਸੀ ਤੇ ਪਹੁੰਚੇ ਆ ਤੇ ਜਿਵੇਂ ਪੰਜਾਬ ਵੇਚਣ ਦੀ ਗੱਲ ਚੱਲ ਰਹੀ ਆ ਪੰਜਾਬ ਕਰਜ਼ਾਈ ਕਰਤਾ ਇਹਨਾਂ ਨੇ ਚੰਡੀਗੜ੍ਹ ਜਿਵੇਂ ਕਹਿੰਦੇ ਗਿਰਵੀ ਰੱਖਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਕੋਈ ਵੀ ਮੁੱਦਾ ਜਿਹੜਾ ਵਾ ਉਸ ਮੁੱਦੇ ਤੇ ਇਹ ਖੜਦੇ ਨਹੀਂ ਪਰ ਆ ਜਿਹੜਾ ਅਫਸੋਸ ਹੋਇਆ ਜਦੋਂ ਕਿ ਇਹਨੇ ਸ਼ਰੋਣੀ ਕਮੇਟੀ ਦੇ ਮੈਂਬਰਾਂ ਸਹਿਬਾਨ ਦੇ ਬਾਰੇ ਵਿੱਚ ਅਤੇ ਇਹ ਗੁਰੂ ਦੀ ਗੋਲਕ ਦੇ ਬਾਰੇ ਵਿੱਚ ਗੱਲ ਕੀਤੀ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਆ ਜਿੱਥੇ ਆ ਕੇ ਕੋਈ ਵੀ ਵਿਅਕਤੀ ਜਿਹੜਾ ਹਰ ਸਿੱਖ ਆਪਣੀ ਭਾਵਨਾ ਦੇ ਨਾਲ ਨਤਮਸਤਕ ਹੁੰਦਾ ਭਗਵੰਤ ਮਾਨ ਜੀ ਜਾਣਕਾਰੀ ਦੇ ਦੀਏ ਤੁਹਾਡੇ ਜਿਹੜੇ ਐਮਐਲਏ ਆ ਅੱਜ ਤਾਂ ਤੁਹਾਨੂੰ ਅੱਜ ਦਾ ਜਾਣਕਾਰੀ ਹੋਣੀ ਆ ਕਿ 6 ਕੋਠੀਆਂ ਤੁਸੀਂ ਰੱਖੀ ਬੈਠੇ ਹੋ ਕਿੰਨੀਆਂ ਤਨਖਾਹਾਂ ਲੈ ਰਹੇ ਹੋ ਆਪਣਾ ਵਾਅਦਾ ਕਰ ਰਹੇ ਹੋ ਪਰ ਤੁਹਾਡੀ ਇਹ ਜਾਣਕਾਰੀ ਜਿਨੀ ਕਿ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦਾ ਮੈਂਬਰ ਕੌਮ ਦੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦਾ ਕੋਈ ਉਹ ਤਨਖਾਹ ਨਹੀਂ ਲੈਂਦਾ ਸ਼ਰੋਣੀ ਕਮੇਟੀ ਦਾ ਮੈਂਬਰ ਕੋਈ ਡੀਏ ਟੀਏ ਨਹੀਂ ਲੈਂਦਾ ਸ਼ਰੋਣੀ ਕਮੇਟੀ ਦਾ ਪ੍ਰਧਾਨ ਤੱਕ ਕੋਈ ਕਿਸੇ ਤਰ੍ਹਾਂ ਦੀ 1 ਰੁਪਏ ਦੀ ਤਨਖਾਹ ਨਹੀਂ ਲੈਂਦਾ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਸ਼ਰੋਣੀ ਕਮੇਟੀ ਦੇ ਮੈਂਬਰ ਜਿਹੜੇ ਆ ਆਪਣੇ ਘਰ ਤੋਂ ਚੱਲ ਕੇ ਆਪਣਾ ਤੇਲ ਆਪਣੀ ਗੱਡੀ ਵਰਤ ਕੇ ਗੁਰੂ ਘਰ ਦੀ ਸੇਵਾ ਕਰਦੇ ਆ ਤੁਸੀਂ ਤਾਂ ਜੇ ਸਹੀ ਦੇਖਿਆ ਜਾਵੇ ਉਹਨਾਂ ਦੇ ਪੈਰ ਵਰਗੇ ਵੀ ਮੈਂ ਕਹਿਣ ਚ ਕੋਈ ਗਰੇਜ਼ ਨਹੀਂ ਕਰਦਾ ਭਾਵੇਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਬਹੁਤ ਇਹ ਤੁਹਾਡਾ ਜਿਹੜਾ ਬਿਆਨ ਹੈ ਬਹੁਤ ਮਾੜਾ ਹੈ ਜਿਸ ਰਤਬੇ ਤੇ ਬੈਠ ਕੇ ਤੁਸੀਂ ਇਹ ਬਿਆਨ ਦਿੱਤਾ ਸ਼੍ਰੋਮਣੀ ਕਮੇਟੀ 1925 ਐਕਟ ਦੇ ਅਧੀਨ ਦੇਸ਼ ਦੇ ਸੰਵਿਧਾਨ ਦੇ ਅਧੀਨ ਬਣੀ ਆ ਮੈਂਬਰ ਜਿਹੜਾ ਚੁਣ ਕੇ ਆਉਂਦਾ ਇੱਥੇ ਕੋਈ ਨਾਮਜ਼ਦ ਨਹੀਂ ਕੀਤਾ ਜਾਂਦਾ ਤੁਹਾਡੀ ਨਿਗਾਹ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਚੱਲ ਰਹੀ ਆ ਇੱਕ ਪਾਸੇ ਕਾਂਗਰਸ ਜਿਹੜੀ ਆ ਉਹ ਸ਼ਰੋਣੀ ਕਮੇਟੀ ਨੂੰ ਤੋੜਨ ਦੀ ਗੱਲ ਕਰ ਰਹੀ ਆ ਤੁਸੀਂ ਵੀ ਉਸੇ ਰਸਤੇ ਤੇ ਸ਼ਰੋਣੀ ਕਮੇਟੀ ਜਿਹੜੀ ਆ ਸਿੱਖਾਂ ਦੀ ਸੰਸਥਾ ਵਾ ਸਿੱਖਾਂ ਦੀਆਂ ਸੰਸਥਾਵਾਂ ਦੀ ਆਰਥਿਕ ਤੌਰ ਤੇ ਤੁਸੀਂ ਕੰਗਾਲੀ ਦੇ راہਵਲਪੁਰ ਪਏ ਹੋ ਬਹੁਤ ਮਾਰੇ ਰਸਤੇ ਪੈ ਚੁੱਕੇ ਹੋ ਕਿਉਂਕਿ ਵੈਸੇ ਵੀ ਤੁਹਾਡਾ ਪਿਛੋਕੜ ਸਿੱਖ ਵਿਰੋਧੀ ਰਿਹਾ ਤੁਸੀਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਾਬ ਪੀ ਕੇ ਜਾਣ ਤੋਂ ਵੀ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਜਿਵੇਂ ਕਹਿੰਦੇ ਆ ਉਹ ਸ਼ਰਮ ਨਹੀਂ ਮੰਨਦੇ ਤੇ ਅੱਜ ਤੁਸੀਂ ਗੁਰੂ ਦੀ ਗੋਲਕਵਲ ਪਏ ਗਏ ਹੋ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਆ ਚੁਣੇ ਹੋਏ ਸੰਵਿਧਾਨਕ ਰਤਬਾ ਉਹਨਾਂ ਦੇ ਬਾਰੇ ਵਿੱਚ ਕੀਤਾ ਜਿਹੜਾ ਬਿਆਨ ਆ ਇਹ ਇਹਨੂੰ ਤੁਰੰਤ ਵਾਪਸ ਲਓ ਇਹ ਤੇ ਮਾਫੀ ਮੰਗੋ ਕੌਮ ਤੋਂ ਤੁਸੀਂ ਮਾਫੀ ਮੰਗੋ ਕਿਉਂਕਿ ਜਿਹੜੇ ਰਾਤ ਤੁਸੀਂ ਤੁਰ ਪਿਓ ਇਹ ਬਹੁਤ ਮਾੜਾ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗੋਲਕ ਤੁਹਾਡੇ ਵਰਗੀਆਂ ਕਈ ਸਰਕਾਰਾਂ ਦੇ ਵੱਧ ਕੰਮ ਕਰਦੀਆਂ ਨੇ ਤੁਹਾਡੀ ਇਹ ਸਰਕਾਰਾਂ ਦੇ ਸਮੇਂ ਤੇ ਜਦੋਂ ਕੋਈ ਆਫਤ ਆਉਂਦੀ ਆ कोरोना आ गया कोई गया। पतन, गया। खन, और आ गया उस समय ते श्रौणी गुरुद्वारा अपना कमेटी ही खड़ी दी है आज ਤੁਸੀਂ ਉਹ श्रौणी गुरुद्वारा अपना कमेटी ਦੀ ਗੋਲਕਵਲ ਨਿਗਾ ਕਰ ਲਈਆ ਤੁਹਾਡਾ ਜਿਹੜਾ ਪਤਨ ਮੈਂ ਸਮਝਦਾ ਕਿ ਬૌਧਿਕ ਪਤਨ ਤੇ ਸਿਆਸੀ ਪਤਨ ਅੱਜ ਤੋਂ ਸ਼ੁਰੂ ਹੋ ਗਿਆ ਇਸ ਪੰਜਾਬ ਦੇ ਲੋਕ ਜਿਹੜੇ ਆ ਸਿਆਸੀ ਤੌਰ ਤੇ ਜਿੱਥੇ ਮਰਜ਼ੀ ਖੜਨ ਪਰ ਜਦੋਂ ਸਿੱਖ ਸੰਸਥਾਵਾਂ ਦੇ ਉੱਤੇ ਤੁਹਾਡੀ ਟਿੱਪਣੀ ਕਰਨ ਲੱਗਿਓ ਇਸ ਗੱਲ ਤੇ ਬਰਦਾਸ਼ਤ ਨਹੀਂ ਕਰਨਗੇ ਆਉਣ ਵਾਲੇ ਸਮੇਂ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ